ਨਰਕ ਭਰੀ ਜ਼ਿੰਦਗੀ ਚ ਰਹਿਣ ਨੂੰ ਮਜਬੂਰ ਕੀਤਾ। ਇਹ ਤੋਂ ਚੰਗਾ ਤਾਂ ਜਿੱਥੇ ਮੇਰੇ ਮਾਂ ਪਿਓ ਨੂੰ ਆਪਣੇ ਕੋਲੇ ਲੈ ਕੇ ਗਿਆ, ਮੈਨੂੰ ਵੀ ਲੈ ਜਾ। ਯਾਰ ਬੇਬੇ ਪਤਾ ਨਹੀਂ ਕਿੱਧਰ ਪਾ ਜਾਂਦੇ, ਕੂੜੇ ਖੰਡਿਆ ਪਿਆ ਸਾਰੇ ਘਰ 'ਚ, ਐਨੀ ਲਾ ਤੇ ਝਾੜੂ ਝੁੜੂ। ਆ ਗਈ ਬੇਬੇ, ਵਿਆਹ ਹੋ ਆ ਗਈ ਭਾਈ। ਇੱਥੇ ਗਈ ਦੀ ਤੂੰ? ਬੇ 100 ਕੰਮ ਹੁੰਦੇ ਨੇਗੇ ਬੁੜੀਆਂ ਨੂੰ, ਤੈਨੂੰ ਪਤਾ ਹੀ ਹੈਗਾ। ਉਹ ਬੇਬੇ ਤੇਰੇ ਨਹੀਂ 100 ਕੰਮ ਮੁੱਕਦੇ, ਕੋਈ ਨਾ ਕੋਈ ਕੰਮ ਤੈਨੂੰ ਰੋਜ਼ ਆੜੀ ਰਹਿੰਦਾ, ਕਦੇ ਘਰੇ ਵੀ ਟਿਕ ਜਾ ਕਰ। ਵੈਸੇ ਗਈ ਕਿੱਥੇ ਦੀ? ਲੈ ਤੈਨੂੰ ਮੈਂ ਦੱਸਤਾ ਵੀ ਭਾਈ, ਰਿਕ ਤੋਂ ਦੱਸ ਕੇ ਜਾਣਾ ਜ਼ਰੂਰੀ ਨਹੀਂ ਹੁੰਦਾ, ਬੁੜੀਆਂ ਨੂੰ 100 ਕੰਮ ਹੁੰਦੇ ਨੇ। ਆ ਤੇਰੀ ਮਾਸੀ ਕੇ ਗਈ ਸੀ ਮਾੜਾ ਜਿਹਾ ਕੰਮ ਸੀ ਮੈਨੂੰ ਉਹਦੇ ਤਾਈ, ਤਾਂ ਤੈਨੂੰ ਕੀ ਕੰਮ ਪੈ ਗਿਆ ਇਹੋ ਜਿਹਾ ਮਾਥਾ ਹੀ ਹੁਣ? ਉਹ ਬੇਬੇ ਮੈਂ ਤਾਂ ਤੈਨੂੰ ਸੁੱਤੇ ਸੁਭਾਅ ਪੁੱਛਦਾ ਸੀ ਵੀ ਤੂੰ ਘਰੇ ਜੀਂਦੀ ਨਹੀਂ, ਅੱਜ ਕੱਲ੍ਹ ਸਾਰਾ ਦਿਨ ਬਾਹਰ ਹੀ ਰਹਿੰਦੀ ਆ, ਕਦੇ ਕਿੱਧਰ ਲੰਘੀ ਕਦੇ ਕਿੱਧਰ ਲੰਘੀ, ਦੱਸ। ਲੈ ਕਹਿੰਦਾ ਕਦੇ ਕਿੱਧਰ ਲੰਘੀ ਕਿੱਧਰ ਲੰਘੀ, ਕਿਉਂ ਮੈਂ ਉਹੀ ਲੰਘਦੀ ਫਿਰਦੀ ਹੈਗੀ, ਕੰਮ ਹੈ ਜੇ ਤਾਂ ਹੀ ਜਾਂਦੀ ਆ, ਵਿਹਲੀ ਨਹੀਂ ਫਿਰਦੀ ਹੈਗੀ ਮੈਂ, ਨਾਲੇ ਫਿਰਦੀ ਵੀ ਸਾਡੀ ਖਾਤਰ ਹੀ ਆਉਣੀ ਹੈ। ਸਾਡੀ ਖਾਤਰ ਫਿਰਦੀ ਨਾ? ਸਾਡੀ ਖਾਤਰ ਨੂੰ ਬੇਬੇ ਤੂੰ ਪਲਾਟ ਲੈਣ ਗਈ ਸੀ, ਦੱਸ। ਬੇ ਪਲਾਟ ਤਾਂ ਬਥੇਰੇ ਖਰੀਦ ਲਾ, ਆ ਪਲਾਟਾਂ ਨੂੰ ਸਾਹਮਣਾ ਵੀ ਕੋਈ ਹੋਵੇ, ਸਾਰਾ ਦਿਨ ਬਸ ਇੱਥੇ ਸੁਰਤੀ ਰਹਿੰਦੇ, ਪਲਾਟ ਖਰੀਦ ਲਿਆ, ਕਿੱਲਾ ਖਰੀਦ ਲਿਆ। ਅੱਛਾ ਮੈਂ ਸਮਝ ਗਿਆ ਵੀ ਕਿੱਧਰ ਗਈ ਸੀ ਤੂੰ, ਲਾ ਲਿਆ ਸਾਹਿਬ ਕਿੱਧਰ ਡੱਕਾ ਡੇਗਦੀ ਤੂੰ? ਡੱਕੇ ਨਾ ਆ ਕੀ ਬੋਲਦਾ ਬੇ ਤੂੰ, ਕਾਹਦੇ ਡੱਕੇ ਸਿਰਦੀ ਫਿਰਦੀ ਆ ਮੈਂ, ਤੂੰ ਜਮੀ ਸਿਰੇ ਸਿਰ ਚੜਦਾ ਜਾਂਦਾ, ਤੂੰ ਵੀ ਮੈਨੂੰ ਲੱਗਦਾ ਉਸੇ ਦੀ ਬੋਲੀ ਬੋਲਦਾ ਹੁਣ। ਉਹ ਬੇਬੇ ਤੂੰ ਭਖਦੀ ਕਾਹਨੂੰ ਹੈ, ਮੈਂ ਤਾਂ ਨਾ ਵਿੱਚ ਵਿਚਾਲੇ ਫਸ ਰਿਹਾ, ਜੇ ਉਹਦੇ ਲਵੇ ਬਹਿਣਾ ਆਖੇ ਤੂੰ ਬੇਬੇ ਦੀ ਬੋਲੀ ਬੋਲਦਾ, ਤੇਰੇ ਲਵੇ ਦੋ ਗੱਲਾਂ ਕਰ ਲਾ, ਤੂੰ ਕਹਿੰਦੀ ਆ ਬਹੂ ਦੀ ਬੋਲੀ ਬੋਲਦਾ, ਹੁਣ ਬੰਦਾ ਕੀ ਕਰੇ ਦੱਸ? ਕਾਹਨੂੰ ਭਾਈ, ਮਾਂ ਤੋਂ ਕੀ ਲੈਣਾ, ਬੋਲੀ ਤਾਂ ਤੂੰ ਉਸੇ ਦੀ ਬੋਲ, ਹੁਣ ਹੁਣ ਤੂੰ ਵੀ ਉਸ ਵਾਲਾ ਲੀ ਫੜ ਲੈ, ਉਹਦੇ ਮਗਰ ਲੱਗ ਕੇ ਤੂੰ ਵੀ ਜਮਾ ਘਰ ਦਾ ਬੰਸ ਖਤਮ ਕਰਕੇ ਛੱਡੋਗੇ। ਉਹ ਬੇਬੇ ਮੈਂ ਕੀ ਕਰਾਂ, ਮੈਂ ਕਿੱਧਰ ਮਾਰਾਂ ਦੱਸ, ਉਸ ਤੱਕ ਦੋਏ ਗਾਲਾ ਪੈ ਰਿਹਾ, ਉਧਰ ਉਹ ਨਹੀਂ ਟਿਕਣ ਦਿੰਦੀ, ਇਧਰ ਤੂੰ ਨਹੀਂ ਟਿਕਣ ਦਿੰਦੀ, ਚੱਲ। ਉਹ ਤਾਂ ਨਾ ਲੈ ਜੇ ਤੇਰੇ ਮਗਰੋਂ, ਜੇ ਮੇਰੀ ਗੱਲ ਮਾੜੀ ਮੋਟੀ ਵੀ ਸੁਣ ਲੈ ਤੇਰੇ ਮਗਰੋਂ ਲੈ ਜੇ ਉਹ। ਤੂੰ ਆਪਦਾ ਖਾਤਾ ਖੁੱਲ ਕੇ ਬਹਿ ਜਾ ਕਰ ਵਿੱਚ, ਕੋਈ ਨੀ ਬੇਬੇ ਜਿਹੜਾ ਹੋਊਗਾ ਜ਼ਿੰਦਗੀ ਚ ਦੇਖੀ ਜਾਊਗਾ, ਤੂੰ ਟਿਕਾਈ ਨਾਲ ਅੰਦਰ ਚਾਹ ਪਾਣੀ ਪੀ ਲੈ, ਜਾ ਬਣਿਆ ਪਿਆ ਪੀ ਲੈ ਚਾਹ ਪਾਣੀ। ਇਹ ਬੇਬੇ ਦਾ ਵੀ ਅੱਡ ਸਾਹਿਬ ਹੋ ਰਿਹਾ ਯਾਰ, ਜਦੋਂ ਜਾਊਗੀ ਉਦੋਂ ਪਖੀ, ਜਦੋਂ ਆਊਗੀ ਉਦੋਂ ਪਖੀ, ਦੱਸ ਕੀ ਕਰਾਂ ਹੁਣ, ਦਿਮਾਗ ਖਰਾਬ ਹੋਇਆ ਪਿਆ। ਅਜੇ ਬਾਬੇ ਦੀ ਕਹੀ ਗੱਲ ਪੂਰ ਹੋ ਜੇ ਤਾਂ ਵੀ ਹੈ, ਇੱਕ ਤਾਂ ਪੁੱਤ ਦੇ ਚਾਰ ਚਪੇਰੇ ਲੱਗੋ ਲੱਗ ਗਏ ਨੇ, ਤਾਂ ਮੈਂ ਖੰਗਲ ਕਰਨ ਵਾਲੀ ਕਰਤੀ। ਕਿਵੇਂ ਰਾਣੀ ਕੁੜੀ, ਠੀਕ ਆ? ਕਿਵੇਂ ਮੂੰਹ ਜਾਤਰੇ ਪਿਆ ਤੇਰਾ? ਠੀਕ ਆ ਮੀਰਪਾਲ, ਬਸ ਪੁੱਛੇ ਨਾ, ਘਰਾਂ ਦੇ ਸਿਆਪਿਆ ਜੀ, ਤੈਨੂੰ ਪਤਾ ਹੀ ਆ ਫਿਰ। ਉਧਰੋਂ ਕਿ ਮੇਰੀ ਤੁਰੀ ਜਾਂਦੀ, ਤੇਰਾ ਮੂੰਹ ਜਿਹਾ ਉਤਰੇ ਹੁੰਦੇ ਤੇ ਜੀ, ਮੈਂ ਦੇਖ ਕੇ ਮੈਂ ਤੁਰੀ ਆਈ, ਮੈਂ ਦੇਖ ਕੇ ਕੀ ਹੋ ਗਿਆ ਰਾਣੀ ਨੂੰ? ਨਹੀਂ ਕੀ ਹੋਣਾ ਦੀ ਭੈਣੇ, ਉਧਰ ਨਾ ਮੈਂ ਗਈ ਤੀ ਬਾਬੇ ਕੋਲੇ, ਉਹ ਸੰਤ ਨੀ ਆਪਣੇ ਨਵੇਂ ਆਏ ਨੇ ਹੁਣ, ਆ ਬਹੂ ਕਰਕੇ ਗਈ ਸੀ, ਤੈਨੂੰ ਪਤਾ ਹੀ ਹੈ 6-7 ਸਾਲ ਹੋ ਗਏ ਤੇ ਮੂੰਹ ਨੀ ਦੇਖਦੀ, ਕੋਈ ਡਾਕਟਰ ਨੀ ਛੱਡਿਆ ਤੇਰੇ ਸਾਹਮਣੇ, ਕੋਈ ਸਿਆਣਾ ਨੀ ਛੱਡਿਆ। ਦੇਖੋ ਜੇ ਹੁਣ ਆ ਬਾਬਾ ਕਹਿੰਦਾ ਤਾਂ ਹੈਗਾ। ਚੱਲ ਕੋਈ ਨਾ, ਪਰਮਾਤਮਾ ਤੇ ਭਰੋਸਾ ਰੱਖ, ਆਪੇ ਹੋਊਗਾ ਰਾਣੀ, ਉਹਦੇ ਉੱਤੋਂ ਦੀ ਕੁਛ ਨੀ ਹੈਗਾ, ਮਾਲਕ ਤੇ ਰੱਖ ਵਿਸ਼ਵਾਸ। ਬਸ ਵਿਸ਼ਵਾਸ ਤਾਂ ਵੀਰ ਪਹਿਲੇ ਕਿੰਨਾ ਕੁ ਰੱਖੀ ਜਾਵਾਂ, ਹੁਣ ਉਹ ਹਰਮਨ ਦੀ ਨੂੰਹ ਕੱਲ ਆਈ ਤੀ ਦੇਖ ਲੈ, ਸੁੱਖ ਨਾਲ ਜਵਾਕ ਵੀ ਆ ਪੋਤੇ ਵਾਲੀ ਹੋ ਗਈ ਹੈ, ਮੈਂ ਉਹ ਨਹੀਂ ਫਿਰਦੀ ਹਾਂ ਹਲੇ, ਮੇਰਾ ਵੀ ਜੀ ਕਰਦਾ ਜਵਾਕਾਂ ਨੂੰ ਚੱਕ ਕੇ ਗੋਦੀ ਖੜਿਆਉਣ ਜਾਣ। ਚੱਲ ਕੋਈ ਨਾ, ਤਾਂ ਮਾਲਕ ਦੇ ਰੰਗ ਰੰਗ ਨੇ ਰਾਣੀ, ਹੁਣ ਦੇਖਦੀ ਹਾਂ ਮੈਂ ਤਾਂ, ਉਹ ਮੈਨੂੰ ਡਾਕਟਰ ਦੱਸ ਕੇ ਗਈ ਤੀ, ਮੈਂ ਆਖਿਆ ਮਾਂ ਕਿਤੇ ਹੋਰ ਨਾ ਕੋਈ ਰੋਕ ਰੁੰਨਣ ਹੋਵੇ, ਪਹਿਲਾਂ ਬਾਬੇ ਨੂੰ ਪੁੱਛ ਕੇ ਆਈ ਹਾਂ, ਉਹ ਕਹਿੰਦਾ ਮੈਂ ਹੱਲ ਕਰ ਦੂੰਗਾ, ਕਰ ਕੀ ਲੂਗਾ ਉਹ, ਉਦੋਂ ਬਾਅਦ ਫਿਰ ਲੈ ਕੇ ਜਾਊਂ ਡਾਕਟਰ ਦੇ।
ਦੇਖਦੀ ਹਾਂ ਵੀ ਜੇ ਤਾਂ ਦੇਖ ਆਹ ਆਖਰੀ ਵਾਰ ਹੈ, ਜੇ ਤਾਂ ਪਰਮਾਤਮਾ ਨੇ ਸੁਣ ਲਈ ਤਾਂ ਠੀਕ ਹੈ, ਨਹੀਂ ਪਰ ਮੈਂ ਤਾਂ ਇਹਨੂੰ ਕੱਢੂ ਕਰੋ, ਮੈਂ ਤਾਂ ਉਹਦੇ ਪੁੱਤ ਨੂੰ ਦੁਬਾਰੇ ਵਿਆਹੂੰਗੀ। ਨਾ ਚੰਦਰੀਏ ਰਾਣੀ, ਐਂ ਤਾਂ ਕੱਲ੍ਹ ਨੂੰ ਕਹਿੰਦੀ ਉਹ ਵੀ ਕਿਸੇ ਦਿੱਤੀ ਆ, ਹੈ ਨਾ ਪਕਾਨੀ, ਉਹਦੇ ਵੀ ਕੀ ਸਾਰੇ ਵਿਚਾਰੀ ਦੇ, ਪਰਮਾਤਮਾ ਦੀ ਮਰਜ਼ੀ ਆ ਰਾਣੀ, ਐਂ ਨਾ ਕਹੇ ਵੀ ਘਰੋਂ ਕੱਢ ਦਿਉ, ਚੱਲ ਕੋਈ ਨਾ ਬਾਬੇ ਲਿਜਾਇਆ ਪਹਿਲਾਂ ਕੀ ਕਹਿੰਦਾ, ਹੈ ਨਾ, ਫਿਰ ਡਾਕਟਰ ਤੋਂ ਦਵਾਈ ਦਵਾ ਦੀ ਕੋਈ ਨਾ। ਵੀਰਪਾਲ, ਐਂ ਤਾਂ ਮੈਨੂੰ ਵੀ ਪਤਾ ਵੀ ਚੱਲ ਬਗਾਨੀ ਕੀ ਹੈ, ਕੋਈ ਮਾਗਰ ਮੂਹਰੇ ਨਹੀਂ ਹੈਗਾ, ਪਰ ਕਰਾਂ ਕੀ ਕਰਾਂ, ਇੱਕ ਤਾਂ ਮੇਰੀ ਗੱਲ ਨਹੀਂ ਮੰਨਦੀ, ਜੇ ਮੈਂ ਕਹਿੰਦਾ ਵੀ ਆਪਾਂ ਉੱਥੇ ਡਾਕਟਰ ਕੋਲ ਚੱਲਦੇ ਹਾਂ ਤਾਂ ਸਮਾਂ ਉਲਟਾ ਪਊਗੀ, ਕਿਉਂਕਿ ਮੇਰੇ 'ਚ ਤਾਂ ਕੋਈ ਨੁਕਸੇ ਨਹੀਂ, ਖਬਰ ਨੁਕਸ ਤੇਰੇ ਪੁੱਤ 'ਚ ਹੋਊ, ਐਂ ਕਹਿ ਦੂ ਮੈਨੂੰ, ਲੈ ਦੱਸ ਸਾਰੀਆਂ ਤਾਂ ਰਿਪੋਰਟਾਂ ਟੈਸਟ ਕਰਾ ਲਈ, ਹੁਣ ਤਾਂ ਹੀ ਕਰਕੇ ਮੈਂ ਬਾਬੇ ਕੋਲ ਗਈ ਹਾਂ ਵੀ ਰਿਪੋਰਟਾਂ 'ਚ ਨਹੀਂ ਕੁਛ ਆਉਂਦਾ ਹੈਗਾ, ਖਬਰ ਹੈ ਕੋਈ ਰੋਕ ਰੋਨਣ ਹੋਵੇ। ਹਾਂ ਇਹ ਵੀ ਹੋ ਸਕਦਾ, ਚੱਲ ਤੂੰ ਪਿਆਰ ਨਾਲ ਸਮਝਾ ਲੈ ਕਰਾਂ, ਨਹੀਂ ਅੱਜ ਕੱਲ੍ਹ ਨਿਆਣੇ ਸਿਆਣੇ ਨੇ ਬੱਚੇ। ਵੀਰਪਾਲ, ਇੱਕ ਨਾ ਹੀ ਧੋਤੇ ਪੈਰਾਂ ਵਾਲੀ ਇਹੀ ਜੀ ਹੈ, ਜਦੋਂ ਤਾਂ ਜੰਮੀ ਤੀ ਉਦੋਂ ਤਾਂ ਮਾਂ ਮੁੱਕ ਗਈ, 6 ਮਹੀਨੇ ਬਾਅਦ ਪਿਓ ਲੈ ਲਿਆ। ਚੱਲ ਚੰਗਾ ਕਹਾਉਣ ਨੂੰ ਤਾਂ ਸਭ ਦਾ ਜੀ ਕਰਦਾ ਰਾਣੀ, ਮਾੜਾ ਕਹਾਉਣ ਨੂੰ ਕਿਹਦਾ ਜੀ ਕਰਦਾ, ਹੈ ਨਾ। ਇਹ ਵੀ ਤੇਰੀ ਗੱਲ ਸੱਚੀ ਹੈ, ਚੰਗਾ ਕਹਾਉਣ ਨੂੰ ਤਾਂ ਜੀ ਕਰਦਾ, ਵੀ ਮਾੜਾ ਕਹਾਉਣ ਨੂੰ ਕਿਸੇ ਦਾ ਵੀ ਜੀ ਨਹੀਂ ਕਰਦਾ, ਪਰ ਫਿਰ ਵੀ ਕਿਤੇ ਨਾ ਕਿਤੇ ਗਲਤੀ ਤਾਂ ਜਨਾਨੀ ਦੀ ਹੁੰਦੀ ਹੈ। ਚੱਲ ਮੰਨ ਲਈ ਕਿ ਉਹਦੇ ਸਾਰੇ ਨਹੀਂ, ਮੇਰੀ ਗੱਲ ਤਾਂ ਮੰਨ ਲਏ, ਸੁਣ ਤਾਂ ਲਵੇ, ਫਿਰ ਵੀ ਹੱਥ ਮੰਨਣ ਲੱਗ ਜੂ, ਫਿਰ ਰੋਣ ਲੱਗ ਜੂ, ਡੁਸਕਣ ਲੱਗ ਜੂ। ਚੱਲ ਕੋਈ ਨਾ ਰਾਣੀ, ਮਾੜੇ ਦਾ ਤਾਂ ਹੈ ਨਾ ਰੋਣ 'ਤੇ ਜ਼ੋਰ ਹੁੰਦਾ। ਵੀਰਪਾਲ, ਜ਼ੋਰ ਰੋਣ 'ਤੇ ਮਾੜੇ ਦਾ ਨਹੀਂ ਹੁੰਦਾ, ਇਹਦੇ ਰੋਣ ਨੇ ਤਾਂ ਮੇਰਾ ਘਰ ਪਛਾੜੀ ਲਿਆਤਾ, ਜੀ ਮੈਂ 7 ਸਾਲ ਪਿੱਛੇ ਪਾਤੀ ਇਹਨੇ, ਅੱਜ ਨੂੰ ਤਾਂ ਸੁੱਖ ਨਾਲ ਉਹ ਗੱਲ ਜਵਾਕ ਪੜ੍ਹਨ ਲੱਗ ਜਾਂਦਾ, ਧੀ ਪੁੱਤ ਚੱਲ ਉਹ ਤਾਂ ਕਰਮਾਂ ਦੇ ਹੁੰਦੇ ਨੇ ਆਪਾਂ ਮੰਨਦੇ ਹਾਂ, ਕੋਈ ਜਵਾਕ ਤਾਂ ਹੁੰਦਾ, ਇਹ ਆਈ ਫਿਰਦੀ ਆ ਬੋਤੇ ਦੀ ਪੂਛ ਵਰਗੀ। ਚੰਗਾ ਭੈਣੇ ਰਾਣੀ, ਫਿਰ ਮੈਂ ਤਾਂ ਜਾਂਦੀ ਹਾਂ। ਸਮਝਾਉਣਾ ਤਾਂ ਸਮਾਂ ਉਹਨੂੰ ਕੀ ਸੀ, ਆ ਕੇ ਮੈਨੂੰ ਮੱਤਾਂ ਦੇਣ ਲੱਗ ਜਾਂਦੀਆਂ ਨੇ ਗੀਆਂ, ਮੈਂ ਵੀ ਕੀ ਕਰਾਂ, ਕਿਹੜੇ ਖੂਹ 'ਚ ਜਾਵਾਂ, 20 ਵਾਰੀ ਆਖਿਆ ਵੀ ਭਾਈ ਲਾਦ ਦੀ ਖਾਤਰ ਬੁੜੀਆਂ ਖੂਹ 'ਚ ਰੋਟੀਆਂ ਪਕਾ ਆਉਂਦੀਆਂ ਨੇ, ਇਹਦੇ ਕੋਈ ਕੰਨ 'ਤੇ ਜੂੰ ਵੀ ਨਹੀਂ ਸਿਰਕਦੀ ਹੈਗੀ, ਬੈਠੂ ਅੰਦਰ ਰੋ ਲੂ, ਐਂ ਕਹਿਤਾ ਬੀਬੀ ਨੇ, ਐਂ ਕਹਿਤਾ ਮੰਮੀ ਨੇ, ਕਦੇ ਉਹਦੇ ਮੁੰਡੇ ਦੇ ਕੰਨ ਭਰ ਦੂ, ਕਦੇ ਆਪ ਡੁਸਕਣ ਲੱਗ ਜੂ, ਰੋਣ ਤੋਂ ਬਿਨਾਂ ਤਾਂ ਹੋਰ ਕੋਈ ਕੰਮ ਹੀ ਨਹੀਂ ਇਹਨੂੰ ਕਾਲੇ ਮੂੰਹ ਵਾਲੀ ਨੂੰ। ਬੇਬੇ ਚਾਹ ਨਹੀਂ ਬਣਾਈ? ਕਿਉਂ, ਉਹ ਚਾਹ ਵੀ ਨਹੀਂ ਬਣਾ ਸਕਦੀ, ਸਾਰਾ ਕੰਮ ਮੈਂ ਹੀ ਕਰਾਂ। ਉਹ ਬੇਬੇ ਉਹ ਹਜੇ ਸੁੱਤੀ ਪਈ ਆ, ਮੜੀ ਜੀ ਢਿੱਲੀ ਮੱਠੀ ਜੀ ਆ, ਉਹ ਤਾਂ ਕਰਕੇ ਉੱਠੀ ਨਹੀਂ ਹਜੇ। ਕਿ ਢਿੱਲੀ ਮੱਠੀ ਦਾ ਸੱਪ ਲੜਿਆ, ਉਹ ਤਾਂ ਰੋਜ਼ ਦੀ ਬਿਮਾਰ ਰਹਿੰਦੀ ਹੈ। ਉਹ ਚੱਲ ਕੋਈ ਨੀ ਬੇਬੇ, ਜੇ ਤੂੰ ਬਣਾ ਲੇਂਗੀ ਘੁੱਟਕ ਤੈਨੂੰ ਵੀ ਤਾਂ ਸਫਾਹਾ ਪੈ ਜੂ, ਤੂੰ ਬਣਾ ਲਵੇ ਕੰਮ ਤੇ ਜਾਣਾ। ਆਹੋ ਮੈਂ ਹੀ ਬਣਾਵਾਂ, ਚਾਹ ਵੀ ਮੈਂ ਬਣਾਵਾਂ, ਰੋਟੀ ਵੀ ਮੈਂ ਬਣਾਵਾਂ, ਸੰਭਰਾ ਵੀ ਮੈਂ, ਨਪੁੱਤੇ ਦਾ ਲੋੜਾ ਤਾਂ ਨਹੀਂ ਆ ਗਿਆ, ਜੇ ਕੰਮ ਕਰ ਲੂਗੀ ਕਦੇ ਕੋਈ ਬਹਾਨਾ ਲਾ ਲੂਗੀ, ਕਦੇ ਕੋਈ ਬਹਾਨਾ ਲਾ ਲੂਗੀ, ਮੈਂ ਬਹਾਨੇ ਸੁਣ ਸੁਣ ਥੱਕ ਗਈ, ਉਹ ਲਾਉਂਦੀ ਨਹੀਂ ਥੱਕੀ ਬਹਾਨੇ ਉਹ। ਉਹ ਚੱਲ ਕਾਨੂੰ ਬੇਬੇ, ਤੂੰ ਤੜਕੀ ਤੜਕੀ ਕਿਲੇ ਸੱਪ ਆਇਆ, ਮੈਨੂੰ ਲੇਟ ਕਰਾ ਦੋਗੇ ਤੁਸੀਂ ਕੰਮ ਦੇ ਚੱਕਰ ਚ, ਤੂੰ ਬਣਾ ਲੈ ਘੁੱਟ ਚਾਹ ਦੀ, ਮੈਂ ਫਰੈਸ਼ ਹੋ ਜਾ। ਬਣਾ ਲੈ ਚਾਹ, ਹੋਰ ਇਹ ਤਾਂ ਬੜਾ ਸਿਆਪਾ ਰੋਜ਼ ਦਾ, ਬਣਾ ਲੈਨੀ ਆ ਕੋਈ ਨਾ।
ਆ ਉੱਠ ਕੇ ਪੀ ਤਾਂ ਬਥੇਰਾ ਲਊਗੀ, ਫਿਰ ਦੱਸ ਅਗਲਾ ਕੀ ਕਰੇ। ਇਹ ਤਾਂ ਨਹੀਂ ਹੈ ਲੋਟ ਆਉਂਦੀ, ਤਾਂ ਕੋਈ ਨਾ ਕੋਈ ਹੱਲ ਕਰਨਾ ਪਊ ਮੈਨੂੰ। ਹੁਣ ਇਹਨੂੰ ਚਾਹ ਕਰਦੇ, ਫਿਰ ਪਰੌਂਠੇ ਲਾ ਦੇ, ਟਿਫਨ ਪੈਕ ਕਰਦੇ। ਹੁਣ ਅੱਜ ਸਾਰਾ ਕੰਮ ਮੈਨੂੰ ਹੀ ਕਰਨਾ ਪਊਗਾ। ਪਈਆ ਉਹ ਤਾਂ ਮੌਜ ਨਾਲ, ਕੋਈ ਨਾ ਮੁੰਡੇ ਜੇ ਨੂੰ ਵਗ ਜਾਣਦੇ ਫਿਰ ਦੇਖੋ ਮੈਂ ਵੀ ਝੱਟ ਕਰ ਦਿੰਦੀ ਹਾਂ ਚਾਹ ਦੀ ਕੁੱਠ। ਤੂੰ ਅੱਜ ਕਿਵੇਂ ਉਹਦੇ ਪਸ਼ੂਆਂ ਚ ਫਸੀ ਫਿਰਦੀ ਆ? ਨਹੀਂ ਪਸ਼ੂਆਂ ਚ ਕੀ ਫਸਣਾ ਸੀ ਭੈਣੇ, ਤੈਨੂੰ ਪਤਾ ਅਸੀਂ ਦੋਵੇਂ ਭੈਣਾਂ ਨੂੰ ਤਾਂ ਇੱਕੋ ਘਰ ਵਿਆਹੀਆਂ ਹੋਈਆਂ ਸੀਗੀਆਂ, ਪਰ ਫਿਰ ਅੱਡ ਅੱਡ ਹੋ ਗਈਆਂ ਹਨਾ। ਉਹ ਕੀ ਹਿਸਟਰੀ ਚੱਕਦੀਆਂ, ਉਹ ਤਾਂ ਮੈਂ ਜਾਣਦੀ ਆ ਸਾਰਾ ਕੁਛ। ਨਹੀਂ ਉਹ ਅੱਜ ਗਏ ਨੇ ਸਾਰੇ ਅੱਛਾ ਕਿਤੇ ਵਿਆਹ ਤੇ, ਉਹ ਫਿਰ ਮੈਨੂੰ ਕਹਿੰਦੇ ਚੱਲ ਨਾਲ ਤਾਂ ਪਸ਼ੂਆਂ ਨੂੰ ਪਾਣੀ ਪੂਣੀ ਪਿਆ ਦੀ ਤੇ ਨਾਲ ਇਹਨਾਂ ਨੂੰ ਛਾਵੇਂ ਬੰਨ ਜੀ। ਮੈਂ ਉੱਥੇ ਘਰੇ ਜਾ ਕੇ ਆਈ, ਉੱਥੇ ਤੂੰ ਦਿਸੀ ਨੀ। ਮੈਂ ਆਖਿਆ ਦੇਖਦੀ ਆ ਕਿੱਧਰ, ਹੁਣ ਮੈਂ ਇੱਥੋਂ ਲੰਘਦੀ ਸੀ ਤੂੰ ਮਾਲ ਲੈ, ਇਹ ਕਿਵੇਂ ਡੰਗਰਾਂ ਦੀ ਫਸੀ ਫਿਰਦੀ ਅੱਜ ਉਹਨਾਂ ਨੇ? ਮੈਂ ਤਾਂ ਤੈਨੂੰ ਪਤਾ ਕਿੱਥੇ ਡੰਗਰਾਂ ਦਾ ਕੰਮ ਕਰਦੀ ਆ, ਉਹ ਤਾਂ ਮੈਨੂੰ ਦੀਂਦਾ ਹੀ ਆਇਆ ਤੇਰੇ। ਤੂੰ ਕਿੱਧਰ ਆਈ ਸੀ, ਕਿਵੇਂ ਆਈ ਸੀ? ਨੀ ਭੈਣੇ ਕੀ ਦੱਸਾਂ ਤੈਨੂੰ, ਕੀ ਹੋ ਗਿਆ ਹੁਣ? ਬਸ ਤੈਨੂੰ ਪਤਾ ਹੀ ਆਹੀ ਸੋਚ ਫਿਕਰ ਲੱਗੇ ਰਹਿੰਦੇ ਨੇ, ਮੈਂ ਐਂ ਆ ਜਾਂਦੀ ਆ ਵੀ 2 ਮਿੰਟ ਤੇਰੇ ਕੋਲ ਢਿੱਡ ਹੌਲਾ ਕਰ ਲਈਦਾ। ਕੀ ਦੱਸੀਏ ਤੈਨੂੰ, ਤੈਨੂੰ ਪਤਾ ਹੀ ਆ, ਬਸ ਆਹੀ ਇੱਕੋ ਚਿੰਤਾ ਹੈ ਮੈਨੂੰ ਤਾਂ ਸਾਰਾ ਦਿਨ। ਜਾਇਆ ਸੀ ਤੂੰ ਫਿਰ, ਮੈਂ ਤੈਨੂੰ ਕਿਹਾ ਸੀਗਾ। ਨੀ ਡਾਕਟਰ ਕੋਲੇ ਤਾਂ ਹਲੇ ਜਾਣਾ ਹੈ, ਮੈਂ ਤਾਂ ਹਲੇ ਬਾਬੇ ਕੋਲ ਜਾ ਕੇ ਆਈ ਆ। ਅੱਛਾ ਕੀ ਕਹਿੰਦਾ ਫਿਰ? ਬਾਬਾ ਤਾਂ ਕਹਿੰਦਾ ਵੀ ਰੁਪਈਆ ਤਾਂ ਲੱਗੂ 50,000 ਵੀ ਮੈਂ ਕਰ ਦੂੰ। 50,000? ਹਾਂ 50,000 ਤਾਂ ਬਾਹਲਾ ਨੀ ਹੈਗਾ, ਤਾਂ ਬਾਹਲਾ ਹੈ। ਫਿਰ ਉਹੀ ਗੱਲ ਕੀ ਕਰਾਂ, ਅਕੇ ਮਰਦੇ ਨੂੰ 100 ਟੋਬੇ ਹੱਥ ਪਾਉਣਾ ਪੈਂਦਾ ਹੈ ਕਿ ਨਹੀਂ? ਹਾਂ ਉਹ ਤਾਂ ਗੱਲ ਤੇਰੀ ਸਹੀ ਹੈ। ਚੱਲ ਮਹਾ ਜਿੱਥੇ ਫਿਰ ਹੁਣ ਤੇਰਾ ਮਨ ਕੀ ਕਹਿੰਦਾ ਹੈ, ਲਾਏਂਗੀ 50,000 ਤੂੰ? ਫਿਰ ਹੋਰ ਕੀ ਕਰੂੰਗੀ, ਜਿੱਥੇ ਹੋਰ ਉੱਥੇ ਹੋਰ। ਨਾਲੇ ਮੇਰੀ ਗੱਲ ਸੁਣ, ਨੀ ਬਾਬੇ ਬੂਬੇ ਵੀ ਕਿੱਥੇ, ਇਹ ਤਾਂ ਜਦੋਂ ਬਸ ਐਂ ਲਾ ਲਾ ਵੀ ਨੀਤ ਸਿੱਧੀ ਹੋਵੇ ਨਾ ਬੰਦੇ ਦੀ, ਆਪੇ ਸਾਰਾ ਕੁਛ ਹੋ ਜਾਂਦਾ ਹਨਾ। ਕਰਮਾਂ ਬਾਝੋਂ ਕਿੱਥੇ ਕੁਛ ਮਿਲਦਾ ਹੈ। ਨੀ ਕਰਮ ਤਾਂ ਤੈਨੂੰ ਪਤਾ ਹੀ ਹੈ ਭੈਣੇ, ਫਿਰ ਹੁਣ ਕਰਮ ਤਾਂ ਮਾੜੇ ਨੀ ਕਰੇ ਸੀ। ਤੂੰ ਦੱਸ ਤੈਨੂੰ ਵੀ ਕਿੰਨਾ ਚਿਰ ਹੋ ਗਿਆ ਦੇਖਦੀ ਨੂੰ, ਕਿਸੇ ਦੇ ਮੈਂ ਉਹੀ ਗੱਲ ਹੈ ਕੋਈ ਖੈਰੀ ਨੀ ਮੋੜਿਆ ਬਾਹਰ, ਕਿਉਂ ਖੈਰ ਵਾਲਾ ਹੈ? ਗਰੀਬ ਗੁਰਬਿਆਂ ਤੇ ਮੈਂ ਬਥੇਰਾ ਹੈ ਪੈ ਕਰਦੀ ਆ, ਇਹ ਕਰਮ ਵੀ ਰੱਬ ਵੀ ਚੁੱਕ ਚੁੱਕ ਹੀ ਦੇਖਦਾ ਹੈ। ਇਹ ਤਾਂ ਹੈ ਹੀ, ਫਿਰ ਇਹ ਵੀ ਭਰਦੇ ਨੂੰ ਭਰਦਾ ਹੈ। ਇਹ ਤਾਂ ਹੈ ਹੀ ਭੈਣੇ, ਪੈਸੇ ਨੂੰ ਪੈਸਾ ਖਿੱਚਦਾ, ਕਹਿੰਦੇ ਜਿੱਥੇ ਭਾਰਾ ਭਾਂਡਾ ਭਰਿਆ ਹੋਵੇ ਉੱਥੇ ਉੱਛਲਦਾ। ਹਾਂ ਸੁੱਖ ਨਾਲ ਚੱਲ ਦੇਖ ਲੈ, ਇੱਕ ਹੋਰ ਵੀ ਆ, ਮੈਂ ਤੈਨੂੰ ਉਹਦਾ ਵੀ ਪਤਾ ਕਰਕੇ ਦੱਸ ਦੂੰ। ਬਾਕੀ ਮੇਰੀ ਗੱਲ ਸੁਣ, ਜੇ ਜਵਾਕ ਹੁੰਦਾ ਠੀਕ ਹੈ, ਨਹੀਂ ਹੁੰਦਾ ਤਾਂ ਮੁੰਡੇ ਨੂੰ ਦੂਜੀ ਵਾਰ ਵਿਆਹ ਲਾ। ਨੀ ਆ ਤਾਂ ਮੈਂ 20 ਵਾਰੀ ਕਹਿ ਲਿਆ, ਆਪਦੇ ਮਨ ਚ ਵੀ ਸੋਚਦੀ ਆ, ਮਾੜਾ ਜਿਹਾ ਮੁੰਡਾ ਵੀ ਤਾਂ ਅੱਕ ਕੇ ਲੱਗੇ, ਤਿਆਰ ਤਾਂ ਐ ਤਾਂ ਕਹਿੰਦਾ ਵੀ ਇਹਨੂੰ ਛੱਡ ਦੂ, ਪਰ ਦੂਜੇ ਵਿਆਹ ਦੀ ਨੀ ਗੱਲ ਕਰਨ ਦਿੰਦਾ ਕੰਜਰਾ। ਤੇ ਜੇ ਛੱਡੂਗਾ ਤਾਂ ਹੀ ਜੇਗਾ, ਵਿਆਹ ਕਰਾਏਗਾ ਤਾਂ ਰੋਟੀ ਤੋਂ ਵੀ ਜਾਊਗਾ। ਹਾਂ ਕਹਿੰਦਾ ਮੈਂ ਤਾਂ ਦੂਜਾ ਵਿਆਹ ਨੀ ਕਰਾਉਂਦਾ, ਮੇਰਾ ਜੀ ਇਹਨੂੰ ਮੇਰਾ ਵੀ ਨੀ ਕਰਦਾ ਘਰੇ ਰੱਖਣ ਨੂੰ, ਪਰ ਮੈਂ ਵਿਆਹ ਨੀ ਦੂਜਾ ਕਰਾਉਂਦਾ। ਮੈਂ ਤਾਂ ਇਸੇ ਨੇ ਕਹਿੰਦਾ ਬਹੁਤ ਬਾਤ। ਨਹੀਂ ਆਪੇ ਕਰਾ ਲੂਗਾ, ਸੁੱਖਿਆ ਤਾਂ ਨਹੀਂ ਵੀ ਜਿਹੜੀ ਨਾਲ ਵਿਆਹ ਕਰਾਏਗਾ ਉਹਦੇ ਜਵਾਕ ਹੀ ਨਹੀਂ ਹੋਣਾ। ਜੇ ਤਾਂ ਭਾਈ ਇਹੋ ਜਿਹੀ ਗੱਲ ਹੋਈ ਫਿਰ ਮੁੰਡੇ ਚ ਕਸੂਰ ਹੋਊਗਾ। ਲੈ ਮੁੰਡੇ ਚ ਕੀ ਕਸੂਰ ਹੈ, ਨੀ ਮੇਰੇ ਚ? ਤੂੰ ਵੀ ਬਹੂ ਦੇ ਮਗਰ ਲੱਗ ਕੇ ਕਹਿਣ ਲੱਗ ਗਈ। ਮੇਰੀ ਗੱਲ ਸਾਨੂੰ ਗੋਡੇ ਲੱਗੇ ਗਿੱਟੇ ਲੱਗੇ, ਮੇਰੇ ਤਾਂ ਜਿਹੜੀ ਮੂੰਹ ਚ ਆਈ ਜਾਂ ਸੱਚੀ ਗੱਲ ਭੈਣੇ ਕਹੀ ਜਾਂਦੀ ਹੈ। ਫਿਰ ਜੇ ਹੁਣ ਤੁਸੀਂ ਉਹਦੇ ਟੈਸਟ ਕਰਾ ਕੇ ਦੇਖ ਲੇ ਤਾਂ ਕੁਛ ਨਹੀਂ ਆਇਆ, ਫਿਰ ਹੁਣ ਤੁਸੀਂ ਮੁੰਡੇ ਦਾ ਵੀ ਦੇਖ ਲਓ ਨਾ ਕੁਛ ਕਰਾ ਕੇ। ਤੂੰ ਮੈਨੂੰ ਐਂ ਦੱਸ, ਕਦੇ ਬੰਦਿਆਂ ਚ ਕੋਈ ਨੁਕਸ ਹੋਇਆ?
ਮਾੜੀ ਥੋੜੀ ਦਊਗੀ। ਨੀ ਭੈਣੇ ਬਸ ਪਹਿਲਾਂ ਮੈਨੂੰ ਐ ਦੱਸ, ਤੂੰ ਤੇਰੇ ਪੁੱਤ ਦੇ ਟੈਸਟ ਕਰਾ ਕੇ ਲਈ ਸੀ? ਲੈ ਮੇਰੇ ਪੁੱਤ ਨੂੰ ਕੀ ਹੋਇਆ, ਮੇਰੇ ਪੁੱਤ ਨੂੰ ਲੋੜ ਹੀ ਨੀ ਪਈ ਟੈਸਟਾਂ ਦੀ, ਆਉਂਦੀ ਦੇ ਸੁੱਖ ਨਾਲ ਸਾਲ ਮਗਰ ਹੋ ਗਿਆ ਮੁੰਡਾ। ਫਿਰ ਉਹੀ ਤਾਂ ਗੱਲ ਕਰਦੀ ਆ, ਸੁੱਖ ਨਾਲ ਖੁਰਾਕਾਂ ਖਾਧੀਆਂ ਨੇ ਮੇਰੇ ਪੁੱਤ ਦੀਆਂ, ਹੱਟਾ ਕੱਟਾ ਹੈ, ਅਈਆਂ ਜੀ ਗੱਲ ਬਣੇ ਨਾ ਹੀ ਕਰਿਆ ਕਰ ਮੇਰੇ ਕੋਲੇ, ਬਸ ਮੈਂ ਤਾਂ ਜਾਣੀ ਆ, ਮੇਰਾ ਤਾਂ ਹੋਰ ਹੀ ਦਿਮਾਗ ਖਰਾਬ ਕਰਤਾ ਸਾਂ। ਲੈ ਗੁੱਸਾ ਨਾ ਕਰਿਆ ਕਰ ਐਵੇਂ ਮਾੜੀ ਮਾੜੀ ਗੱਲ ਤੇ, ਹੋਰ ਰੱਬ ਤੱਕ ਹੀ ਪਤਾ ਨਹੀਂ ਕਿਹੜੀਆਂ ਗੱਲਾਂ ਤੇ ਗੁੱਸੇ ਆ ਤੇਰੇ ਨਾਲ। ਲੈ ਦੇਖ ਕਿਵੇਂ ਲੱਗਦੀ ਆ, ਸੇਖ ਕਿਵੇਂ ਲੱਗਦਾ ਇਹਨੂੰ ਦੱਸ, ਉਹ ਤੇਰੇ ਮੁੰਡੇ 'ਚ ਕੀ ਕਸੂਰ ਨਹੀਂ ਹੋ ਸਕਦਾ? ਵਾਧੂ ਦੀਆਂ ਗੱਲਾਂ, ਅਗਰ ਬਗਾਨੀ ਧੀ 'ਚ ਤਾਂ ਕਸੂਰ ਹੈ, ਆਪਦੇ 'ਚ ਕਸੂਰ ਹੀ ਨਹੀਂ ਹੋ ਸਕਦਾ। ਚੱਲ ਮੈਂ ਕਿਹੜਾ ਕਹਿੰਦੀ ਹਾਂ, ਤੂੰ ਰੋਜ਼ ਮੇਰੇ ਘਰ ਆ ਕੇ ਬੈਠ,